खबरां टीवी देख रहे हो तुसी ते मैं हाँ सुखवीर सिंह। प्रोग्राम दे विच गलबात करांगे पंजाब दी सियासत दे नाल जुड़ियां हुईयां कुछ वड्डियां खबरां ते। सब तो पहला गल पंजाब कांग्रेस दी करांगे कि सीएम कैप्टन ने अज सोनिया गांधी दे नाल मीटिंग की। मीटिंग तो बाद मल्लिकार्जुन खड़गे का एक वड्डा बयान देखने को मिलिया। मल्लिकार्जुन खड़गे ने कहा कि जिहड़ी 2022 दीआं विधानसभा चोणां ने उह राहुल गांधी अते प्रियंका गांधी की अगवाई चलणियां जाणगीआं। नाल ही उन्हें इस गल का भी जिक्र किया कि पंजाब कांग्रेस इक है। उस तो बाद गल प्रकाश सिंह बादल दी करांगे कि SIT दे वल्लों अज प्रकाश सिंह बादल दे नाल पुछगिछ कीती गई, उस मौके की कुछ खास रहा। इन्हां तमाम खबरां ते जिहड़ी आ चर्चा करांगे ते चर्चा दे लई मेरे नाल मेरे सहयोगी पत्रकार तरवान सिंह घुमाण मौजूद ने। सब तो पहलां उहदा स्वागत कर लैंदे आ। तरवान जी स्वागत है प्रोग्राम। सत श्री अकाल भाई। तरवान जी, अज CM कैप्टन अमरिंदर सिंह ने सोनिया गांधी दे नाल मीटिंग की ते मल्लिकार्जुन खड़गे का बयान है कि 2022 दीआं चोणां राहुल गांधी अते प्रियंका गांधी की अगवाई च लैणियां जाणगीआं, किवें देखदे हो? सुखबीर जी, जो कि अज दे समें पंजाब कांग्रेस की स्थिति चल रही है वो बहुत बड़ा बखेड़ा जिहड़ा पंजाब कांग्रेस दे विच छिड़िया होया है ते उहनू खत्म करन वास्ते मीटिंगां असल च कीतियां जा रहियां ने, पर किते ना किते मीटिंगां तों बाद भी जिहड़े नवें नवें बयान उठदे ने उहनां करके वह कलेस होर ज़्यादा वधदा जांदा है। पहली गल तां कैप्टन अमरिंदर सिंह ते नवजोत सिंह सिद्धू उहनां दे नाल पहलां भी एक बारी मीटिंग जिहड़ी कि कमेटी कर चुकी है। कमेटी दे मीटिंग करन तो बाद असल गल तां बनदी जेकर गल नेड़े लगदी हुंदी तां उह कमेटी ने जिहड़ी रिपोर्ट सांभी सी सोनिया गांधी जी ने उहते अपना फैसला सुना देना सी ते सारी जिहड़ी पंजाब कांग्रेस है उहनां ने उह फैसले नूं मंजूर कर लेना सी। एक सीधा प्रोसैस तां इह बनदा, पर असल दे विच किते ना किते जिहड़े कि हाई कमान दी नीयत सी कि इस तरह दीआं गल्लां सामणे आउणगीआं ते इस तरह उहनां दे नतीजे कढ़े जाणगे, ਉਹ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਕਮੀ ਰਹੀ ਆ। ਉਹਨਾਂ ਦੀ ਜਿਹੜੀ ਕਿਆਸਰਾਈਆਂ ਲਗਾਈਆਂ ਗਈਆਂ ਸੀ ਕਿ ਇਹਨਾਂ ਬੰਦਿਆਂ ਦੀ ਇਹ ਗਲਤੀਆਂ ਹੋ ਸਕਦੀਆਂ ਨੇ ਜਾਂ ਫਿਰ ਇਹਨਾਂ ਨੂੰ ਐਵੇਂ ਸੁਧਾਰਿਆ ਜਾਊਗਾ, ਉਹ ਕਿਆਸਰਾਈਆਂ ਉਹਨਾਂ ਦੀਆਂ ਗਲਤ ਨਿਕਲੀਆਂ, ਜਿਸ ਕਰਕੇ ਸੋਨੀਆ ਗਾਂਧੀ ਉਹਨਾਂ ਨੂੰ ਦੁਬਾਰੇ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਮੀਟਿੰਗ ਵਾਸਤੇ ਸੱਦਣਾ ਪਿਆ ਜੀ। ਸੋ ਮੀਟਿੰਗ ਵਾਸਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਅੱਜ ਸੱਦਿਆ ਅਤੇ ਉਹਨਾਂ ਨਾਲ ਮੀਟਿੰਗ ਕੀਤੀ ਗਈ, ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਹਰੀਸ਼ ਰਾਵਤ ਜਾਂ ਫਿਰ ਬਾਕੀ ਵੀ ਜਿਹੜੇ ਵੱਡੇ ਅਹੁਦੇਦਾਰ ਸੀ ਉਹ ਮੀਟਿੰਗ ਦੇ ਵਿੱਚ ਸ਼ਾਮਿਲ ਸੀ, ਉਹਨਾਂ ਨੇ ਸਾਰਿਆਂ ਨੇ ਇਹੀ ਗੱਲ ਜਿਤਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਮੀਟਿੰਗ ਆ ਮੀਟਿੰਗ ਤੋਂ ਬਾਅਦ ਸਾਡਾ ਜਿਹੜਾ ਕਾਂਗਰਸ ਦਾ ਕਲੇਸ਼ ਵੈਸੇ ਵੀ ਪਹਿਲਾਂ ਵੀ ਨਹੀਂ ਸੀ ਅਤੇ ਹੁਣ ਖਤਮ ਹੋ ਚੁੱਕਿਆ, ਪਰ ਮੱਲਿਕਾਰਜੁਨ ਖੜਗੇ ਜਿਹੜਾ ਇੱਕ ਬਿਆਨ ਦਿੰਦੇ ਨੇ ਉਹ ਬਿਆਨ ਪੰਜਾਬ ਕਾਂਗਰਸ ਨੂੰ ਇੱਕ ਹੋਰ ਮੋੜ ਵੱਲ ਲੈ ਜਾਂਦਾ ਹੈ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਪੰਜਾਬ ਕਾਂਗਰਸ ਦੀ ਜਿਹੜੀ ਪ੍ਰਧਾਨਗੀ ਆ ਉਹ ਪ੍ਰਿਯੰਕਾ ਗਾਂਧੀ ਅਤੇ ਉਹ ਰਾਹੁਲ ਗਾਂਧੀ ਕਰਨਗੇ ਜੀ। ਹੁਣ ਇਸ ਚੀਜ਼ ਨੂੰ ਦੇਖ ਰਹੇ ਜੀ, ਜਿਹੜਾ ਕਿ ਮੱਲਿਕਾਰਜੁਨ ਖੜਗੇ ਦਾ ਬਿਆਨ ਹੈ ਕਿ ਪ੍ਰਧਾਨਗੀ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਕਰਨਗੇ, ਕੀ ਲੱਗਦਾ ਨਹੀਂ ਕਿ ਉਹਨਾਂ ਨੂੰ ਕੈਪਟਨ ਦੀ ਅਗਵਾਈ 'ਤੇ ਕੋਈ ਸ਼ੱਕ ਹੈ ਇਸ ਲਈ ਉਹਨਾਂ ਨੇ ਇਹ ਫੈਸਲਾ ਲਿਆ? ਦੇਖੋ ਸੁਖਬੀਰ ਜੀ, ਅਗਲ ਮਤਲਬ ਕਿ ਜੇਕਰ ਹਾਈਕਮਾਨ ਨੇ ਇਹ ਫੈਸਲਾ ਲਿਆ ਇਹਦੇ ਪਿੱਛੇ ਕਾਰਨ ਇਹ ਬਣਦਾ ਕਿ ਕਿਤੇ ਨਾ ਕਿਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੈ ਉਹ ਉਸ ਤਰ੍ਹਾਂ ਚੱਲ ਨਹੀਂ ਰਹੀ ਜਿਸ ਤਰ੍ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਇਸ ਟਾਈਮ ਚੱਲਣੀ ਚਾਹੀਦੀ ਸੀ, ਕਿਉਂਕਿ ਪਹਿਲਾਂ ਜੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਗਈ, ਨਵਜੋਤ ਸਿੰਘ ਸਿੱਧੂ ਹੋਰਾਂ ਨਾਲ ਮੁਲਾਕਾਤ ਕੀਤੀ ਗਈ, ਬਾਕੀ ਸਾਰੇ ਪੰਜਾਬ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਗਈ, ਉਹ ਮੀਟਿੰਗ ਤੋਂ ਬਾਅਦ ਜੇ ਕੋਈ ਸਹੀ ਅਸਲ ਦੇ ਵਿੱਚ ਦੋਵਾਂ ਧਿਰਾਂ 'ਚ ਥੋੜ੍ਹਾ ਥੋੜ੍ਹਾ ਕਸੂਰ ਨਿਕਲਦਾ ਤਾਂ ਕਿਤੇ ਨਾ ਕਿਤੇ ਦੋਵਾਂ ਧਿਰਾਂ ਨੂੰ ਮਾੜੀ ਮਾੜੀ ਕੋਈ ਨਾ ਕੋਈ ਸ਼ਰਤਾਂ ਰੱਖ ਕੇ ਉਹਨਾਂ ਦੀ ਸੁਲਾਹ ਕਰਾਈ ਜਾ ਸਕਦੀ ਸੀ ਜੀ। ਪਰ ਕਿਤੇ ਨਾ ਕਿਤੇ ਮੌਕੇ ਦੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਗਲਤੀ ਅਮਰਿੰਦਰ ਸਿੰਘ ਵਾਲੇ ਧੜੇ 'ਚ ਲੱਗੀ ਤਾਂ ਉਹ ਸਿੱਧੇ ਸਿੱਧੇ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਕੁਛ ਕਹਿ ਨਹੀਂ ਸਕਦੇ ਕਿਉਂਕਿ ਉਹ ਇਸ ਟਾਈਮ ਮੌਕੇ ਦੇ ਮੁੱਖ ਮੰਤਰੀ ਨੇ। ਤਾਂ ਦੂਜੇ ਪਾਸੇ ਉਹ ਮੁੱਖ ਮੰਤਰੀ ਦੇ ਹੋਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਨਹੀਂ ਚਾਂਸ ਦੇਣਾ ਚਾਹੁੰਦੇ ਕਿ ਅਗਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਕਿ ਬਾਬਤ ਜਿਹੜੀਆਂ ਕਿ ਗੱਲਾਂ ਉਹਨਾਂ ਦੇ ਕੋਲ ਪਹੁੰਚੀਆਂ ਨੇ ਉਹਨਾਂ ਨੂੰ ਲੈ ਕੇ 2022 'ਚ ਜਿਹੜਾ ਵਿਧਾਨ ਸਭਾ ਦੀ ਚੋਣਾਂ ਨੇ ਉਹਨਾਂ ਦਾ ਕਿਤੇ ਨੁਕਸਾਨ ਹੋਵੇ ਜੀ। ਇਸ ਕਰਕੇ ਹੁਣ ਜਿਹੜਾ ਕਿ ਮੱਲਿਕਾਰਜੁਨ ਖੜਗੇ ਦਾ ਬਿਆਨ ਆਇਆ ਉਹਨਾਂ ਨੇ ਦੱਸਿਆ ਕਿ ਜੇਕਰ ਲੋੜ ਪਈ, ਅਸਲ 'ਚ ਲੋੜ ਕੀ ਪੈਣੀ ਆ, ਉਹਨਾਂ ਨੇ ਕਹਿ ਹੀ ਦਿੱਤਾ, ਸਪੱਸ਼ਟ ਤੌਰ 'ਤੇ ਹੀ ਕਹਿ ਦਿੱਤਾ ਕਿ ਜਿਹੜੀ ਪੰਜਾਬ ਕਾਂਗਰਸ ਹੈ ਉਹਦੀ ਹੁਣ ਅਗਵਾਈ ਹੈ ਜਿਹੜੀ ਚੋਣਾਂ ਦੇ ਵਿੱਚ ਅੱਗੇ ਉਹ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਕਰਨਗੇ ਜੀ। ਕਿਉਂਕਿ ਜੇਕਰ ਅਗਵਾਈ ਦੇ ਵਾਸਤੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਛੱਡਦੇ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ
ਉਹ ਉਹਨਾਂ ਨੂੰ ਉਹਦੇ ਵਿੱਚ ਨਹੀਂ ਸਹੀ ਲੱਗੀ ਹੋਣੀ ਜਿਸ ਕਰਕੇ ਜਿਹੜੀ ਕਮੇਟੀ ਹੈ ਉਹਨੇ ਇਹ ਫੈਸਲਾ ਕੀਤਾ। ਨੰਬਰ 2 ਜੇਕਰ ਇਹ ਉਹ ਅਗਵਾਈ ਨਵਜੋਤ ਸਿੰਘ ਸਿੱਧੂ ਦੇ ਹੱਥ ਦਿੰਦੇ ਨੇ ਫਿਰ ਜ਼ਿਆਦਾ ਕਲੇਸ਼ ਆ ਜਿਹੜਾ ਉਹ ਹੋਰ ਜ਼ਿਆਦਾ ਵੱਧ ਜਾਂਦਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਇਹ ਦਾਅਵਾ ਵੀ ਕੀਤਾ ਹੋਇਆ ਕਿ ਜੇਕਰ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਪਟਿਆਲੇ ਤੋਂ ਟਿਕਟ ਦਿੰਦੇ ਹੋ ਤਾਂ ਨਵਜੋਤ ਸਿੰਘ ਸਿੱਧੂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਜੀ ਜੇਕਰ ਇਸ ਤਰ੍ਹਾਂ ਦਾ ਵਿਰੋਧ ਉਹਨਾਂ ਦੀ ਆਪਣੀ ਪਾਰਟੀ ਵਿੱਚ ਹੀ ਚੱਲ ਰਿਹਾ ਤਾਂ ਦੂਜੇ ਪਾਸੇ ਸਰਕਾਰ ਦੂਜੇ ਵਿਰੋਧੀ ਬੰਦੇ ਨੂੰ ਟਿਕਟ ਦੇ ਦਿੰਦੀ ਹੈ ਤਾਂ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਸਿੱਧੇ ਤੌਰ 'ਤੇ ਵੀ ਨਵਜੋਤ ਸਿੰਘ ਸਿੱਧੂ ਦੇ ਵਿਰੋਧ 'ਚ ਖੜ ਸਕਦੇ ਨੇ। ਜੀ ਤਾਂ ਇਹ ਚੀਜ਼ਾਂ ਦੇਖਣ ਵਾਲੀਆਂ ਬਣਦੀਆਂ ਨੇ ਕਿ ਹੁਣ ਸਥਿਤੀ ਇਹ ਪੈਦਾ ਹੋ ਚੁੱਕੀ ਹੈ, ਹਾਲਾਤ ਇਹੋ ਜਿਹੇ ਬਣ ਚੁੱਕੇ ਨੇ ਕਿ ਹਾਈਕਮਾਨ ਨੂੰ ਉਹ ਫੈਸਲੇ ਨੇ ਜਿਹੜੇ ਜਾਂ ਫਿਰ ਹਾਈਕਮਾਨ ਨੂੰ ਜਿਹੜੀ ਬਾਗਡੋਰ ਆ ਉਹ ਆਪਣੇ ਹੱਥ 'ਚ ਲੈਣੀ ਪਊਗੀ, ਜਿਸ ਕਰਕੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਹੱਥ 'ਚ ਪੰਜਾਬ ਦੀ ਬਾਗਡੋਰ ਸੰਭਾਲਣ ਦਾ ਫੈਸਲਾ ਕਰਿਆ ਗਿਆ। ਇਹ ਫੈਸਲੇ ਕਰਨ ਦਾ ਕਾਰਨ ਇੱਕ ਹੋਰ ਹੈ ਕਿ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਜਿਹੜੇ ਵਿਵਾਦ ਨੇ ਉਹਨਾਂ ਨੂੰ ਖਤਮ ਕਰਨ ਵਾਸਤੇ ਇੱਕ ਹਾਈਕਮਾਂਡ ਮੈਨੂੰ ਤਾਂ ਲੱਗਦਾ ਜ਼ੋਰ ਲਾ ਚੁੱਕੀ ਹੈ ਪਰ ਉਹ ਖਤਮ ਹੋਣ ਦਾ ਨਾਂ ਨਹੀਂ ਲੈ ਰਹੇ। ਜਿਸ ਤਰ੍ਹਾਂ ਕਿ ਤਰਵੰਜ ਜੀ ਜਿਹੜਾ ਕਿ ਮੱਲਿਕਾਰਜੁਨ ਖੜਗੇ ਦਾ ਬਿਆਨ ਹੈ ਕਿ ਅਗਵਾਈ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਕਰਨਗੇ, ਉਸ ਤੋਂ ਬਾਅਦ ਇਹ ਕਿਆ ਸਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਕਿ ਪੰਜਾਬ ਕਾਂਗਰਸ ਜਿਹੜਾ ਬਿਨਾਂ ਸੀਐਮ ਦੇ ਚਿਹਰੇ ਤੋਂ ਮੈਦਾਨ 'ਚ ਉਤਰੇਗੀ। ਕੀ ਲੱਗਦਾ ਕਿ ਜੇਕਰ ਬਿਨਾਂ ਸੀਐਮ ਦੇ ਚਿਹਰੇ ਤੋਂ ਕਾਂਗਰਸ 2022 ਦੀਆਂ ਚੋਣਾਂ 'ਚ ਉਤਰਦੀ ਹੈ, ਕੀ ਉਸਦੇ ਹੱਥ ਹੁਣ ਸੱਤਾ ਲੱਗ ਸਕੇਗੀ ਦੁਬਾਰਾ ਤੋਂ? ਦੇਖੋ ਜੀ, ਬਿਨਾਂ ਸੀਐਮ ਦੇ ਚਿਹਰੇ ਤੋਂ ਅਗਰ ਕਾਂਗਰਸ ਲੜਨ ਦੀ ਕੋਸ਼ਿਸ਼ ਕਰੇਗੀ ਪੰਜਾਬ 'ਚ ਚੋਣਾਂ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਉਹੀ ਗਲਤੀ ਰਿਪੀਟ ਕਰਨ ਦੀ ਕੋਸ਼ਿਸ਼ ਹੋਵੇਗੀ ਜਿਹੜੀ ਕਿ ਪਿਛਲੀ ਵਾਰੀ ਆਮ ਆਦਮੀ ਪਾਰਟੀ ਕਰ ਚੁੱਕੀ ਹੈ। ਜੀ, ਕਿਉਂਕਿ ਆਮ ਆਦਮੀ ਪਾਰਟੀ ਨੇ ਬਿਨਾਂ ਸੀਐਮ ਦੇ ਚਿਹਰੇ ਤੋਂ ਐਲਾਨ ਕੀਤੇ ਤੋਂ ਇਹ 2017 'ਚ ਮਤਲਬ ਕਿ ਚੋਣਾਂ ਲੜਨ ਦੀ ਕੋਸ਼ਿਸ਼ ਕੀਤੀ ਆ, ਜਿਸ ਤੋਂ ਬਾਅਦ ਚੋਣਾਂ ਲੜੀਆਂ ਵੀ ਗਈਆਂ ਪਰ ਉਹਨਾਂ ਦੇ ਹੱਥ ਉਹ ਚੀਜ਼ ਨਹੀਂ ਲੱਗੀ ਜਿਹਦੇ ਲਈ ਉਹਨਾਂ ਨੇ ਚੋਣਾਂ ਲੜੀਆਂ ਸੀ, ਮਤਲਬ ਕਿ ਉਹਨਾਂ ਨੂੰ ਜਿੱਤ ਪ੍ਰਾਪਤ ਨਹੀਂ ਹੋਈ। ਜੀ, ਕਿਉਂਕਿ ਸੀਐਮ ਦਾ ਚਿਹਰਾ ਇੱਕ ਅਜਿਹੀ ਮਤਲਬ ਕਿ ਲੋਕਾਂ ਵਾਸਤੇ ਇੱਕ ਮਾਰਗਦਰਸ਼ਨ ਹੁੰਦਾ ਜਿਹਨੂੰ ਦੇਖ ਕੇ ਲੋਕ ਚੱਲਦੇ ਨੇ ਕਿ ਅਸੀਂ ਉਸ ਬੰਦੇ ਨੂੰ ਜਿਤਾਉਣਾ, ਉਸ ਬੰਦੇ ਨੂੰ ਵੋਟਾਂ ਪਾਉਣੀਆਂ ਨੇ। ਇਹ ਸੁਖਬੀਰ ਜੀ ਇੱਕ ਰਾਜਨੀਤੀ ਦੇ ਵਿੱਚ ਇਹ ਵੀ ਵੱਡੀ ਗੱਲ ਹੈ ਕਿ ਕਈ ਲੋਕ ਤਾਂ ਪਾਰਟੀ ਨਾਲ ਜੁੜੇ ਹੁੰਦੇ ਨੇ, ਕਈ ਲੋਕ ਕਿਸੇ ਨੇਤਾ ਦੇ ਨਾਲ ਜਾਂ ਫਿਰ ਕਿਸੇ ਸ਼ਖਸੀਅਤ ਦੇ ਨਾਲ ਜੁੜੇ ਹੁੰਦੇ ਨੇ। ਜੀ, ਹੁਣ ਪਟਿਆਲੇ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਕੈਪਟਨ ਅਮਰਿੰਦਰ ਸਿੰਘ ਦੀ, ਜੇਕਰ ਪਟਿਆਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਿਸੇ ਹੋਰ ਪਾਰਟੀ ਵੱਲੋਂ ਵੀ ਖੜ੍ਹਦੇ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਜਿੱਤਣਾ ਫਿਰ ਵੀ ਹੈ। ਜੀ, ਕਿਉਂਕਿ ਪਟਿਆਲਾ ਉਹਨਾਂ ਦਾ ਆਪਣਾ ਗੜ੍ਹ ਹੈ, ਆਪਣਾ ਸ਼ਹਿਰ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਮਹਾਰਾਜਾ ਦੇ ਤੌਰ 'ਤੇ ਵੀ ਪਟਿਆਲੇ 'ਚ ਜਾਣੇ ਜਾਂਦੇ ਨੇ। ਸੋ ਪਟਿਆਲੇ ਦੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੇ, ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਇੱਕ ਸ਼ਖਸੀਅਤ ਨੇ, ਉਹ ਸ਼ਖਸੀਅਤ ਦੇ ਨਾਲ ਵੀ ਲੋਕ ਬਹੁਤ ਜੁੜੇ ਹੋਏ ਨੇ, ਬੇਸ਼ੱਕ ਗੱਲ ਪਾਰਟੀ ਦੀ ਹੋਵੇ। ਜੀ, ਤਾਂ ਪਾਰਟੀ ਨੂੰ ਇੱਕ ਪਾਸੇ ਰੱਖ ਕੇ ਵੀ ਗੱਲ ਕਰੀਏ ਤਾਂ ਜਦੋਂ ਸ਼ਖਸੀਅਤ ਦੇ ਨਾਮ 'ਤੇ ਵੋਟਾਂ ਪੈਂਦੀਆਂ ਨੇ, ਕਿਸੇ ਵਿਅਕਤੀਗਤ ਨੂੰ ਵੋਟਾਂ ਪੈਂਦੀਆਂ ਨੇ, ਤਾਂ ਇਹਨਾਂ ਚੀਜ਼ਾਂ ਨੂੰ ਵੀ ਦੇਖਣਾ ਪੈਂਦਾ। ਹੁਣ ਜੇ ਆਪਾਂ ਗੱਲ ਕਰ ਲਈਏ ਕਿ ਪੰਜਾਬ ਕਾਂਗਰਸ ਹੈ ਜਿਹੜੀ ਉਹ ਸੀਐਮ ਦੇ ਚਿਹਰੇ ਬਿਨਾਂ ਪੰਜਾਬ ਦੇ ਵਿੱਚ ਆਪਣੇ ਮਤਲਬ ਕਿ ਵੋਟਾਂ ਲੜਨ ਦੀ ਕੋਸ਼ਿਸ਼, ਇਹਨਾਂ ਚੋਣਾਂ 'ਚ ਲੜਨ ਦੀ ਕੋਸ਼ਿਸ਼ ਕਰੇਗੀ, ਤਾਂ ਕਿਤੇ ਨਾ ਕਿਤੇ ਇਹ ਗੱਲ ਦਾ ਨੁਕਸਾਨ ਵੀ ਹੋ ਸਕਦਾ ਅਤੇ ਇਹ ਗੱਲ ਵੀ ਹੋ ਸਕਦੀ ਹੈ ਕਿ ਸੀਐਮ ਦੇ ਚਿਹਰਾ ਜੇ ਨਾ ਦਿਖਾਇਆ ਗਿਆ ਤਾਂ ਇਸ ਗੱਲ ਦਾ ਬਹੁਤ ਵੱਡਾ ਹੈ ਜਿਹੜਾ ਪੰਜਾਬ ਕਾਂਗਰਸ ਨੂੰ ਘਾਟਾ ਪੈ ਸਕਦਾ। ਜੀ, ਸੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਪੰਜਾਬ ਕਾਂਗਰਸ ਨੂੰ ਕਿਨਾਰਾ ਕਰਨਾ ਚਾਹੀਦਾ ਅਤੇ ਕਰੂਗੀ ਵੀ ਐਡੀ ਵੱਡੀ ਗਲਤੀ ਜਿਹੜੀ ਕਿ ਆਮ ਆਦਮੀ ਪਾਰਟੀ ਕਰ ਚੁੱਕੀ ਹੈ, ਮੈਨੂੰ ਨਹੀਂ ਲੱਗਦਾ ਕਿ ਉਹ ਪੰਜਾਬ ਕਾਂਗਰਸ ਵੀ ਕਰੇਗੀ। ਜੀ, ਤਨਵੰਜ ਜੀ, ਅੱਜ SIT ਦੇ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜਿਹੜੀ ਹੈ ਗੋਲੀਕਾਂਡ ਮਾਮਲੇ 'ਚ ਪੁੱਛਗਿੱਛ ਕੀਤੀ ਗਈ, ਉਸ ਤੋਂ ਬਾਅਦ ਅਕਾਲੀ ਦਲ ਪ੍ਰੈਸ ਕਾਨਫਰੰਸ ਕਰਦਾ ਅਤੇ ਸਿੱਟ ਅਤੇ ਕੈਪਟਨ ਅਮਰਿੰਦਰ ਸਿੰਘ 'ਤੇ ਜਿਹੜੇ ਸਵਾਲ ਖੜ੍ਹੇ ਕਰਦਾ। ਅਸਲ ਦੇ ਵਿੱਚ ਦੇਖੋ ਜੀ, ਜਦੋਂ ਤਾਂ ਹੁਣ ਤੱਕ ਵੀ ਵੈਸੇ ਤਾਂ ਕਾਂਗਰਸ 'ਤੇ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ 'ਤੇ ਅਕਾਲੀ ਦਲ ਵੱਲੋਂ ਸਵਾਲ ਉਠਾਏ ਗਏ ਨੇ ਕਿ ਜਿਹੜੀ ਪਹਿਲਾਂ ਵੀ ਜਿਹੜੀ ਜਾਂਚ ਹੋਈ ਸੀ ਉਹ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰਭਾਵਿਤ ਸੀ। ਜੀ, ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਿਹੜੇ ਜਾਂਚ ਰਿਪੋਰਟ ਪੇਸ਼ ਕੀਤੀ ਸੀ ਉਹਨੂੰ ਵੀ ਸਿਆਸਤ ਤੋਂ ਪ੍ਰਭਾਵਿਤ ਦੱਸਿਆ ਜਾਂਦਾ ਅਤੇ ਅੱਜ ਤਾਂ ਚੰਦੂ ਮਾਜਰੇ ਹੋਰਾਂ ਨੇ ਜਦੋਂ ਸਿੱਧੇ ਹੀ ਬੋਲਤੀਆਂ ਇਹ ਗੱਲਾਂ ਕਿ ਜਿਹੜਾ ਕੁੰਵਰ ਵਿਜੇ ਪ੍ਰਤਾਪ ਹੋਰੇ ਨੇ ਉਹ ਸੱਤਾ ਦੇ ਵਿੱਚ ਆਉਣਾ ਚਾਹੁੰਦੇ ਸੀ, ਜਿਸ ਕਰਕੇ ਉਹ ਜਿਸ ਮਨੋਰਥ ਨੂੰ ਲੈ ਕੇ ਉਹਨਾਂ ਨੇ ਇਹ ਜਾਂਚ ਕੀਤੀ ਸੀ। ਜੀ, ਇਸ ਕਰਕੇ ਅਕਾਲੀ ਦਲ ਵੱਲੋਂ ਤਾਂ ਹਮੇਸ਼ਾ ਹੀ ਇਹ ਗੱਲ ਕਹੀ ਜਾਣੀ ਹੈ ਕਿ ਜਿਹੜੇ ਜੇਕਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਇਹਦੇ ਵਿੱਚ ਜਾਂਚ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਜਾਂ ਫਿਰ ਪ੍ਰਕਾਸ਼ ਸਿੰਘ ਬਾਦਲ ਹੋਰਾਂ 'ਤੇ ਇਲਜ਼ਾਮ ਲੱਗਦੇ ਨੇ
ਤਾਂ ਉਹਦੇ ਜ਼ਿੰਮੇਵਾਰ ਹੈ ਜਿਹੜੀ ਉਹ ਕਾਂਗਰਸ ਸਰਕਾਰ ਹੈ ਅਤੇ ਹੁਣ ਉਹਦਾ ਜ਼ਿੰਮੇਵਾਰ ਹੈ ਜਿਹੜਾ ਸਿੱਧੇ ਸਿੱਧੇ ਤੌਰ 'ਤੇ ਉਹ ਕੀ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਦੱਸ ਰਹੇ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਇੱਥੋਂ ਤੱਕ ਕਿ ਅਕਾਲੀ ਦਲ ਵੱਲੋਂ ਹੁਣ ਬਿਕਰਮਜੀਤ ਮਜੀਠੀਆ ਜੀ ਨੇ ਪਹਿਲਾਂ ਹੀ ਕਿਹਾ ਸੀ ਮਜੀਠੀਆ ਕਹਿੰਦੇ ਨੇ ਕਹਿੰਦੇ ਵੀ ਨਾਰਕੋ ਟੈਸਟ ਹੋਣਾ ਚਾਹੀਦਾ ਜਿਹੜਾ ਵੀ ਉਹਦਾ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਤਰ੍ਹਾਂ ਦੇ ਮਤਲਬ ਕਿ ਇਲਜ਼ਾਮ ਲਗਾਏ ਜਾਂਦੇ ਨੇ ਤਾਂ ਅੱਜ ਜਿਹੜੀ ਨਵੀਂ ਐੱਸ ਆਈ ਟੀ ਬਣਾਈ ਗਈ ਸੀ ਉਹਨੇ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਪੁੱਛਗਿੱਛ ਵਾਸਤੇ ਸੱਦਿਆ ਤਾਂ ਉਹਦੇ ਵਿੱਚ ਵੀ ਅਕਾਲੀ ਦਲ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਆ ਉਹਦੇ ਤੋਂ ਸ਼ੱਕ ਪੈਦਾ ਕੀਤਾ ਗਿਆ ਉਹ ਕਹਿੰਦੇ ਵੀ ਇਹ ਜਿਹੜੀ ਐੱਸ ਆਈ ਟੀ ਹੈ ਇਹ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰਭਾਵਿਤ ਆ ਅਤੇ ਇੱਕ ਪਲਾਨ ਦੇ ਮੁਤਾਬਕ ਹੈ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੈ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੀ ਸ਼ਖਸੀਅਤ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ 2022 ਦੀਆਂ ਜਿਹੜੀਆਂ ਚੋਣਾਂ ਨੇੜੇ ਆ ਰਹੀਆਂ ਨੇ ਜਿਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਬਦਨਾਮ ਕਰਕੇ ਜਾਂ ਪ੍ਰਕਾਸ਼ ਸਿੰਘ ਬਾਦਲ 'ਤੇ ਪਰਚਾ ਪਵਾ ਅਕਾਲੀ ਦਲ ਵੀ ਇਹੀ ਕਹਿ ਰਿਹਾ ਕਿ ਕਾਂਗਰਸ ਸਰਕਾਰ ਜਿਹੜੀ ਆ ਸਿਆਸੀ ਰੋਟੀਆਂ ਸੇਕ ਰਹੀ ਹੈ ਬੇਅਦਬੀ ਦੇ ਮੁੱਦੇ 'ਤੇ ਹਾਂ ਇਹੀ ਗੱਲ ਕਹਿਣੇ ਨਾ ਕਿ ਉਹਨਾਂ ਦੇ ਉਹ ਕਹਿੰਦੇ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਫਸਾਇਆ ਜਾਊਗਾ ਜਿਸ ਕਰਕੇ ਜਿਹੜੀ ਅਕਾਲੀ ਪਾਰਟੀ ਹੈ ਉਹ ਚੋਣਾਂ ਦੇ ਵਿੱਚ ਉਹਨਾਂ ਦਾ ਮਾਹੌਲ ਖਰਾਬ ਕਰਿਆ ਜਾਊਗਾ ਕਿ ਚੋਣਾਂ ਲੜਨ ਲਈ ਜਿਹੜੀ ਅਕਾਲੀ ਦਲ ਪਾਰਟੀ ਹੈ ਉਹ ਤਿਆਰ ਨਾ ਹੋਵੇ ਤਾਂ ਆਮ ਆਦਮੀ ਪਾਰਟੀ ਨੂੰ ਅਸੀਂ ਪਛਾੜੇ ਦੇਣਾ ਅਤੇ ਕਾਂਗਰਸ ਦੀ ਇਸ ਤਰ੍ਹਾਂ ਜਿੱਤ ਹੋ ਜੂਗੀ ਸੋ ਅਕਾਲੀ ਦਲ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜੇ ਜਿਹੜੀ ਇਹ ਐੱਸ ਆਈ ਟੀ ਦੀ ਜਾਂਚ ਚੱਲ ਰਹੀ ਹੈ ਇਹ ਸਾਰੀ ਕੀ ਆ ਇਹਦੇ ਉੱਤੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਬੇਸ਼ੱਕ ਹੁਣ ਤਾਂ ਆਪ ਨੂੰ ਵੀ ਲਪੇਟੇ 'ਚ ਲੈ ਲਿਆ ਗਿਆ ਕਿਉਂਕਿ ਪਹਿਲਾਂ ਕਾਂਗਰਸ 'ਤੇ ਇਲਜ਼ਾਮ ਲੱਗਦੇ ਸੀ ਹੁਣ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਤਾਂ ਇਸ ਦੇ ਇਲਜ਼ਾਮ ਨੇ ਜਿਹੜੇ ਉਹ ਆਮ ਆਦਮੀ ਪਾਰਟੀ 'ਤੇ ਵੀ ਲੱਗਣੇ ਸ਼ੁਰੂ ਹੋ ਗਏ ਜੀ ਧਨਵੰਤ ਜੀ ਪ੍ਰੋਗਰਾਮ ਦੇ ਵਿੱਚ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਤਾਂ ਇਹ ਸਨ ਮੇਰੇ ਸਹਿਯੋਗੀ ਪੱਤਰਕਾਰ ਧਨਵੰਤ ਸਿੰਘ ਘੁਮਾਣ ਜਿਨ੍ਹਾਂ ਨੇ ਇਹਨਾਂ ਤਮਾਮ ਖਬਰਾਂ 'ਤੇ ਬੜੀ ਹੀ ਵਿਸਥਾਰ ਦੇ ਨਾਲ ਆਪਣੇ ਵਿਚਾਰ ਦਿੱਤੇ ਫਿਲਹਾਲ ਦੇ ਲਈ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਤੁਸੀਂ ਜੁੜੇ ਰਹੋ ਖਬਰਾਂ ਟੀਵੀ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ